ਫਗਵਾੜਾ ਇਲਾਕੇ ਵਿੱਚ ਚੋਰੀ ਦੀਆਂ ਵਾਰਦਾਤਾਂ 'ਚ ਆਏ ਦਿਨ ਹੀ ਇਜ਼ਾਫਾ ਹੁੰਦਾ ਪਿਆ ਨਜ਼ਰ ਆ ਰਿਹਾ ਹੈ, ਜਿਸ ਕਾਰਨ ਜਿੱਥੇ ਇਲਾਕਾ ਵਾਸੀ ਦਹਿਸ਼ਤ ਦੇ ਸਾਏ ਵਿੱਚ ਜਿਉਣ ਲਈ ਮਜਬੂਰ ਨੇ, ਉੱਥੇ ਹੀ ਪੁਲਿਸ ਲਈ ਵੀ ਇਹ ਵਾਰਦਾਤਾਂ ਖਾਸਾ ਪਰੇਸ਼ਾਨੀ ਦਾ ਕਾਰਨ ਬਣੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ। ਚੋਰੀ ਦਾ ਇੱਕ ਹੋਰ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਗੋਲ ਚੌਂਕ ਫਗਵਾੜਾ ਵਿਖੇ, ਜਿੱਥੇ ਕਿ ਚੋਰਾਂ ਨੇ ਗੇਰਾ ਇੰਟਰਪ੍ਰਾਈਜ਼ ਨੂੰ ਨਿਸ਼ਾਨਾ ਬਣਾ ਕੇ ਕੀਮਤੀ ਸਮਾਨ ਚੋਰੀ ਕਰ ਲਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੁਕਾਨ ਦੇ ਮਾਲਕ ਚੰਦਰਮੋਹਨ ਗੇਰਾ ਨੇ ਦੱਸਿਆ ਕਿ ਉਹਨਾਂ ਨੂੰ ਸਵੇਰੇ 7:15 ਵਜੇ PCR ਮੁਲਾਜ਼ਮਾਂ ਦਾ ਫੋਨ ਆਇਆ ਕਿ ਉਹਨਾਂ ਦੀ ਦੁਕਾਨ 'ਤੇ ਚੋਰੀ ਹੋ ਚੁੱਕੀ ਹੈ। ਉਹਨਾਂ ਦੱਸਿਆ ਕਿ ਜਿੱਦਾਂ ਹੀ ਉਹ ਦੁਕਾਨ 'ਤੇ ਪਹੁੰਚੇ ਤਾਂ ਦੇਖਿਆ ਕਿ ਚੋਰਾਂ ਨੇ ਦੁਕਾਨ ਦਾ ਸ਼ਟਰ ਭੰਨ ਕੇ ਦੁਕਾਨ ਵਿੱਚੋਂ DVR, ਇੱਕ ਲੈਪਟਾਪ ਚੋਰੀ ਕਰ ਲਿਆ, ਜਦਕਿ ਦੁਕਾਨ ਅੰਦਰ ਲੱਗੇ CCTV ਕੈਮਰਿਆਂ ਦੀ ਵੀ ਭੰਨ ਤੋੜ ਕੀਤੀ ਗਈ। ਉਹਨਾਂ ਦੱਸਿਆ ਕਿ ਉਹਨਾਂ ਦੀ ਦੁਕਾਨ SP ਦਫ਼ਤਰ ਦੇ ਬਿਲਕੁਲ ਹੀ ਨਜ਼ਦੀਕ ਹੈ ਅਤੇ ਪੁਲਿਸ ਨੂੰ ਸੂਚਿਤ ਕਰਨ ਦੇ ਬਾਵਜੂਦ ਵੀ ਅਜੇ ਤੱਕ ਪੁਲਿਸ ਵਾਰਦਾਤ ਵਾਲੀ ਜਗ੍ਹਾ 'ਤੇ ਨਹੀਂ ਪਹੁੰਚੀ। ਸਵੇਰੇ ਸਾਨੂੰ 7:15 ਵਜੇ PCR ਦਾ ਫੋਨ ਆਇਆ ਅਤੇ ਤੁਹਾਡੇ ਸ਼ਟਰ ਚੁੱਕਿਆ ਆ ਅਤੇ ਆ ਕੇ ਚੈੱਕ ਕਰ ਲਓ। ਅਸੀਂ 7:30 ਵਜੇ ਪਹੁੰਚ ਗਏ ਹਾਂ ਅਤੇ PCR ਵਾਲਿਆਂ ਨੇ ਦੇਖਿਆ ਅਤੇ ਕਹਿੰਦੇ ਫੋਟੋ ਕਹਿੰਦਾ ਖਿੱਚੀਆਂ ਅਤੇ ਕਹਿੰਦੇ ਵੀ ਤੁਸੀਂ ਕੰਪਲੇਂਟ ਚੈੱਕ CCTV ਉੱਥੇ ਕਰ ਦਿਓ ਥਾਣਾ ਸਿਟੀ 'ਚ। ਉੱਥੇ ਜਾ ਕੇ ਅਸੀਂ ਕੰਪਲੇਂਟ ਕਰ ਰਹੇ ਹਾਂ 7:30 ਵਜੇ ਅਤੇ ਹਜੇ ਤੱਕ ਹੁਣ 10:15 ਹੋ ਗਏ, ਹਜੇ ਤੱਕ ਪੁਲਿਸ ਵਾਲਾ ਕੋਈ ਨਹੀਂ ਆਇਆ। ਅਤੇ ਸਰ ਕਿੰਨਾ ਕੁ ਨੁਕਸਾਨ ਹੋ ਗਿਆ ਆਪਣਾ? ਸਾਡੇ ਇੱਕ ਲੈਪਟਾਪ ਲੈ ਗਏ, DVR ਲੈ ਗਏ ਆ, ਕੈਮਰੇ ਕੁਮਰੇ ਤੋੜ ਗਏ ਆ, ਥੋੜ੍ਹੇ ਬਹੁਤੇ ਪੈਸੇ ਹੋਊਗੇ ਉਹ ਚੈੱਕ ਕਰਨ ਦੇ ਹਾਲੇ। ਕੋਈ ਕੈਸ਼ ਵਗੈਰਾ ਵੀ ਸੀ? ਕੈਸ਼ ਤਾਂ ਥੋੜ੍ਹਾ ਹੀ ਹੋ ਸਕਦਾ ਆ, ਉਹ ਚੈੱਕ ਕਰਨਾ ਹਾਲੇ। ਅਤੇ 10:15 ਹਜੇ ਤੱਕ ਪੁਲਿਸ ਵਾਲਾ ਕੋਈ ਨਹੀਂ ਆਇਆ। 8:15 ਵਜੇ ਅਸੀਂ ਕੰਪਲੇਂਟ ਕੀਤੀ ਹੈ ਥਾਣਾ ਸਿਟੀ ਦੇ ਵਿੱਚ। SP ਹੋਵੇ ਤਾਂ ਬਾਹਰ ਸਾਡਾ ਆਫਿਸ ਆ, ਅੱਗੇ ਰੱਤੂ ਦੇ ਵੀ ਚੋਰੀ ਹੋਈ, ਡਾਕਟਰ ਰੱਤੂ ਦੇ ਪਰਮਾਨੰਦ ਦੇ 3 ਮਹੀਨੇ ਪਹਿਲਾਂ ਸਾਹਮਣੇ ਮਨੀਚੇਂਜਰ ਇੱਕ ਚੋਰੀ ਹੋਈ ਆ, 5-6 ਮਹੀਨੇ ਅਜੇ ਇੰਨੀ ਵਾਰਦਾਤ ਹੋ ਰਹੀ ਕਮੇਟੀ ਕਾ ਦੀਵਾਰ, ਕੋਈ ਸੁਣਵਾਈ ਨਹੀਂ ਹੋ ਰਹੀ, ਕੋਈ ਚੈੱਕ ਨਹੀਂ ਹੋ ਰਿਹਾ। ਕੋਈ CCTV ਕੈਮਰੇ ਬੰਦਿਆਂ ਦੀ ਭਾਲ ਆਈ ਹੋਵੇ? ਸਾਡੇ CCTV DVR ਹੀ ਚੁੱਕ ਕੇ ਲੈ ਗਏ ਆ, ਹੁਣ ਆਂਢੀ ਗੁਆਂਢੀਆਂ ਦੇ ਕੈਮਰੇ ਪੁਲਿਸ ਵਾਲੇ ਚੈੱਕ ਕਰਨ ਤਾਂ ਫਿਰ ਪਤਾ ਲੱਗੇਗਾ। ਜਿੱਦਾਂ ਸ਼ਹਿਰ ਦੇ ਵਿੱਚ ਵਾਰਦਾਤਾਂ ਬਹੁਤ ਹੋ ਰਹੀਆਂ, ਤੁਸੀਂ ਪ੍ਰਸ਼ਾਸਨ ਕੋਲ ਕੀ ਮੰਗ ਰੱਖਦੇ ਆਪਾਂ? ਪੁਲਿਸ ਵਾਲੇ ਨਕੇਲ ਪਾਉਣ ਅਤੇ ਉਹਨਾਂ ਨੂੰ ਫੜਨ, ਸਾਡਾ ਸਮਾਨ ਬਰਾਮਦ ਕਰਾਉਣ। ਸਾਹਮਣੇ ਇੱਕ ਚੌਂਕੀ ਪੁਲਿਸ ਚਲਾਉਣੀ ਚਾਹੀਦੀ ਗੋਲ ਚੌਂਕ ਦੇ ਵਿੱਚ। ਉਧਰ ਇੱਕ ਹੋਰ ਦੁਕਾਨਦਾਰ ਬਲਰਾਮ ਸ਼ਰਮਾ ਨੇ ਦੱਸਿਆ ਕਿ ਇਸ ਮਾਰਕੀਟ ਵਿੱਚ ਪਹਿਲਾਂ ਵੀ ਕਈ ਚੋਰੀ ਦੀਆਂ ਵਾਰਦਾਤਾਂ ਹੋ ਚੁੱਕੀਆਂ ਨੇ, ਪਰ ਪੁਲਿਸ ਪ੍ਰਸ਼ਾਸਨ ਕੁੰਭਕਰਨ ਦੀ ਨਹੀਂ ਸੁੱਤਾ ਪਿਆ ਹੈ। ਉਹਨਾਂ ਮੰਗ ਕੀਤੀ ਕਿ ਚੋਰਾਂ ਦੀ ਭਾਲ ਕਰਕੇ ਉਹਨਾਂ ਦੇ ਹੋਏ ਨੁਕਸਾਨ ਦੀ ਭਰਪਾਈ ਕਰਵਾਈ ਜਾਵੇ। ਦੁਕਾਨ ਦੇ ਬਾਹਰ ਖੜੇ ਮਾਮਲਾ ਇਹ ਹੈ ਜੀ ਕਿ ਇੱਕ SP ਸਾਹਿਬ ਦਾ ਦਫ਼ਤਰ ਕੋਲ ਹੁੰਦੇ ਹੋਏ ਔਰ ਨਾਲ ਹੀ ਦੁਕਾਨਾਂ ਹੁੰਦੀਆਂ ਹੋਈਆਂ ਇੱਥੇ ਚੋਰੀ ਹੋ ਗਈ ਆ, ਉਹ ਮਾੜੀ ਗੱਲ ਆ। ਪ੍ਰਸ਼ਾਸਨ ਬੜਾ ਢਿਲਾਇਆ ਫਿਰ ਤਾਂ, ਅਸੀਂ ਅੱਗੇ ਵੀ ਡਾਕਟਰ ਸਾਹਿਬ ਦੇ ਚੋਰੀ ਹੋਈ ਆ, ਹੋਰ ਮਨੀ ਚੇਂਜਰ ਦੇ ਵੀ ਸਾਹਮਣੇ ਵੀ ਚੋਰੀ ਹੋਈ ਆ, ਪਰ ਪ੍ਰਸ਼ਾਸਨ ਬੜਾ ਸੁੱਤਾ ਪਿਆ ਹੈ ਜੀ। ਕੰਪਲੇਂਟ ਕੀਤੀ ਆਮ DD ਰੋਡ 'ਤੇ ਜਿਹੜੀ ਚੋਰੀ ਹੋਣੀ, ਸ਼ਟਰ ਛੁੱਟਣੇ ਔਰ SP ਦਫ਼ਤਰ ਦੇ ਨਾਲ ਬਿਲਕੁਲ ਦੁਕਾਨਾਂ, ਗੇਰਾ ਮਨੀ ਚੇਂਜਰ ਜਿਹੜਾ ਸਾਜਨ ਇੰਟਰਪ੍ਰਾਈਜ਼ ਆ, ਉਹਨਾਂ ਦੇ ਸ਼ਟਰ ਤੋੜ ਕੇ, DVD ਔਰ ਕੈਮਰੇ ਵੀ ਤੋੜ ਕੇ, ਸਾਰਾ ਕੁਝ ਤੋੜ ਕੇ ਬੜਾ ਫੁਰਤੀ ਨਾਲ ਜਾਣੀ ਕਿ ਇਹ ਸਾਰਾ ਕੰਮ ਕਰਤਾ। ਔਰ ਦੇਖੋ ਕਿੰਨਾ ਦੇਰ ਲਗਾਈ ਹੋਊਗੀ ਸਾਰੀਆਂ ਚੀਜ਼ਾਂ ਤੋੜਨ ਲਈ, ਕਿਸੇ ਨੂੰ ਵੀ ਨਹੀਂ ਪਤਾ ਲੱਗਾ ਕੁਛ। ਅਤੇ ਆਪਾਂ ਨੂੰ ਕਿੰਨੇ ਵਜੇ ਪਤਾ ਲੱਗਾ ਜੀ? ਇਹ ਸਵੇਰੇ 7 ਵਜੇ ਜੀ। ਅਤੇ ਪੁਲਿਸ ਕੰਪਲੇਂਟ ਕੀਤੀ ਤੁਸੀਂ? ਪੁਲਿਸ ਕੰਪਲੇਂਟ ਕੀਤੀ ਜੀ, ਹਜੇ ਤੱਕ ਕੋਈ ਪੁਲਿਸ ਨਹੀਂ ਆਈ, 10 ਵਜੇ ਚੱਲੇ ਆ, ਕੋਈ ਪੁਲਿਸ ਨਹੀਂ ਆਈ। ਇੱਦਾਂ ਤਾਂ ਕੋਈ ਵਾਰਦਾਤਾਂ ਵੀ ਹੋ ਜਾਵੇ ਤਾਂ ਪੁਲਿਸ ਨਾ ਆਵੇ ਕੋਈ? ਅਤੇ ਲਗਭਗ ਮਾੜੀ ਗੱਲ ਆ ਜੀ, ਲਗਭਗ ਕਿੰਨਾ ਕੁ ਨੁਕਸਾਨ ਹੋ ਗਿਆ ਇਹਨਾਂ ਦਾ? ਲਗਭਗ ਦੇਖੋ ਜੀ, ਇਹ ਹੁਣ ਗਿਣੂਗਾ ਬੇਚਾਰਾ ਕੈਮਰਿਆਂ ਦਾ, ਹੁਣ 20-25 ਹਜ਼ਾਰ ਦਾ ਕੈਮਰੇ ਆ, DVD ਆ, ਹਾਂਜੀ ਲੈਪਟਾਪ ਲੈ ਗਏ, ਹੁਣ 1-2 ਲੱਖ ਰੁਪਏ ਦਾ ਨੁਕਸਾਨ ਤਾਂ ਹੋਣਾ ਹੀ ਹੈ ਜੀ। ਕੈਸ਼ ਵਗੈਰਾ ਵੀ ਲੈ ਗਿਆ? ਕੈਸ਼ ਵੀ ਲੈ ਗਿਆ ਜੀ। ਹੁਣ ਇਹ ਦੇਖੂਗਾ ਆਪਣਾ ਸਾਰਾ ਕੀ ਕੀ ਗਿਆ ਮੇਰਾ, ਹਜੇ ਦੇਖਿਆ ਨਹੀਂ ਇਹਨੇ, ਇਹ ਤਾਂ ਪੁਲਿਸ ਨੂੰ ਉਡੀਕਦੇ ਸੀਗੇ ਕਿ ਪੁਲਿਸ ਦੇ ਸਾਹਮਣੇ ਦੇਖੀਏ ਸੀ।